ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ 9ਵੀਂ ਕਲਾਸ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਕਹਾਣੀ ਸਾਂਝੇ ਕੰਦ ਦੇ ਪ੍ਰਸ਼ਨ ਉੱਤਰ ਕਰਾਂਗੇ ਫਸਟ ਕੁਐਸਚਨ ਦਰਬਾਰਾ ਸਿੰਘ ਨੂੰ ਕਪੂਰ ਸਿੰਘ ਨਾਲ ਕੰਧ ਸਾਂਜੀ ਕਰਨ ਦੀ ਲੋੜ ਕਿਉਂ ਨਹੀਂ ਸੀ ਉੱਤਰ ਅਸਲ ਵਿੱਚ ਦਰਬਾਰਾ ਸਿੰਘ ਦਾ ਇਸ ਕੰਧ ਤੋਂ ਬਿਨਾਂ ਵੀ ਸਰਦਾ ਸੀ ਕਿਉਂਕਿ ਉਸ ਕੋਲ ਦੋ ਘਰ ਸਨ ਇਸ ਕੰਧ ਵਾਲੇ ਕੋਠੇ ਵਿੱਚ ਤਾਂ ਉਸ ਦਾ ਕੱਖ ਕੰਡਾ ਤੇ ਡੰਗਰ ਬੱਚਾ ਹੁੰਦਾ ਸੀ ਉਸ ਦੇ ਰਹਿਣ ਲਈ ਵੱਖਰਾ ਘਰ ਸੀ ਇਸ ਕਰਕੇ ਉਸ ਨੂੰ ਕੰਧ ਸਾਂਜੀ ਕਰਨ ਦੀ ਲੋੜ ਨਹੀਂ ਸੀ ਲੋੜ ਕੇਵਲ ਕਪੂਰ ਸਿੰਘ ਨੂੰ ਹੀ ਸੀ ਅਗਲਾ ਕੁਐਸਚਨ ਸਰਪੰਚ ਦੇ ਖੰਘੂਰੇ ਦਾ ਦਰਬਾਰਾ ਸਿੰਘ ਉੱਤੇ ਕੀ ਅਸਰ ਹੋਇਆ ਉੱਤਰ ਕਪੂਰ ਸਿੰਘ ਵੱਲੋਂ ਕੰਧ ਸਾਂਝੀ ਕਰਨ ਲਈ ਕੀਤੀ ਗਈ ਨਰਮਾਈ ਭਰੀ ਬੇਨਤੀ ਨੂੰ ਸੁਣ ਕੇ ਦਰਬਾਰੇ ਦੀ ਮੈਂ ਨਾ ਮੰਨੂ ਵਾਲੀ ਅੜੀ ਕੁਝ ਢਿੱਲੀ ਪੈਣ ਲੱਗੀ ਉਸ ਦਾ ਹਾਂ ਕਰਨ ਨੂੰ ਜੀ ਕਰਨ ਲੱਗਾ ਪਰ ਦੋਹਾਂ ਨੂੰ ਲੜਾਉਣ ਦੇ ਚਾਹਵਨ ਸਰਪੰਚ ਨੇ ਉਸੇ ਸਮੇਂ ਹੋਲੀ ਜਈ ਖੰਗੂਰਿਆ ਜਿਹੜਾ ਦਰਬਾਰਾ ਸਿੰਘ ਨੂੰ ਕਪੂਰ ਸਿੰਘ ਦੀ ਗੱਲ ਨਾਲ ਮੰਨਣ ਦਾ ਸੰਕੇਤ ਸੀ ਇਸ ਖੰਗੂਰੇ ਨਾਲ ਦਰਬਾਰਾ ਸਿੰਘ ਦਾ ਰੁਖ ਫਿਰ ਬਦਲ ਗਿਆ ਉਸ ਨੂੰ ਮੁੜਵੱਟ ਚੜ ਗਿਆ ਅਤੇ ਮੱਥੇ ਦੀਆਂ ਤੀਉੜੀਆਂ ਮੁੜ ਸੰਗਣੀਆਂ ਹੋ ਗਈਆਂ ਫਲਸਰੂਪ ਉਸਨੇ ਕਪੂਰ ਸਿੰਘ ਪ੍ਰਤੀ ਫਿਰ ਰੁੱਖਾਰਵਈਆਖ ਤਿਆਰ ਕਰਦਿਆਂ ਉਸਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਅਗਲਾ ਕੁਐਸਚਨ ਦਰਬਾਰਾ ਸਿੰਘ ਚਾਹੁੰਦਾ ਹੋਇਆ ਵੀ ਕਪੂਰ ਸਿੰਘ ਦੀ ਸਾਂਝੀ ਕੰਦ ਬਣਾਉਣ ਵਿੱਚ ਮਦਦ ਨਹੀਂ ਸੀ ਕਰ ਰਿਹਾ ਤੇ ਕਿਉਂ ਉੱਤਰ ਦਰਬਾਰਾ ਸਿੰਘ ਚਾਹੁੰਦਾ ਹੋਇਆ ਵੀ ਕਪੂਰ ਸਿੰਘ ਦੀ ਸਾਂਝੀ ਕੰਦ ਬਣਾਉਣ ਵਿੱਚ ਇਸ ਕਰਕੇ ਮਦਦ ਨਹੀਂ ਸੀ ਕਰ ਰਿਹਾ ਕਿਉਂਕਿ ਭਾਈਚਾਰਕ ਪਿਆਰ ਦਾ ਦੋਖੀ ਸਰਪੰਚ ਦਮਾ ਸਿੰਘ ਉਸ ਨੂੰ ਕਪੂਰ ਸਿੰਘ ਵਿਰੁੱਧ ਚੁੱਕ ਰਿਹਾ ਸੀ ਤੇ ਉਹ ਹਰ ਗੱਲ ਵਿੱਚ ਉਸ ਨੂੰ ਕਪੂਰ ਸਿੰਘ ਦੇ ਖਿਲਾਫ ਉਕਸਾ ਰਿਹਾ ਸੀ ਅਗਲਾ ਕੁਐਸਚਨ ਕਪੂਰ ਸਿੰਘ ਨੂੰ ਕਿਹੜੀ ਗੱਲ ਦਾ ਡਰ ਸੀ ਜਿਸ ਕਰਕੇ ਉਹ ਦਰਬਾਰਾ ਸਿੰਘ ਪ੍ਰਤੀ ਨਰਮਾਈ ਵਰਤ ਰਿਹਾ ਸੀ ਉੱਤਰ ਕਪੂਰ ਸਿੰਘ ਨੂੰ ਇਸ ਗੱਲ ਦਾ ਡਰ ਸੀ ਕਿ ਜਿੰਨਾ ਚਿਰ ਦਰਬਾਰਾ ਸਿੰਘ ਸਾਂਝੀ ਕੱਚੇ ਕੰਦ ਨੂੰ ਬਣਾਉਣ ਬਾਰੇ ਉਸ ਨਾਲ ਕੋਈ ਫੈਸਲਾ ਨਹੀਂ ਕਰਦਾ ਜਾਂ ਉਸ ਨੂੰ ਢੋਣ ਵੇਲੇ ਉਸ ਕੋਲ ਨਹੀਂ ਖੜਾ ਹੁੰਦਾ ਤਾਂ ਉਸ ਲਈ ਇਸ ਕੰਦ ਨੂੰ ਪੱਕੀ ਬਣਾਉਣਾ ਸੌਖਾ ਨਹੀਂ ਇਸ ਦੇ ਨਾਲ ਹੀ ਉਹ ਇਹ ਵੀ ਜਾਣਦਾ ਸੀ ਕਿ ਕੰਦ ਉੱਤੇ ਭਾਵੇਂ ਸਾਰਾ ਖਰਚਾ ਉਹ ਹੀ ਕਰੇ ਪਰ ਦਰਬਾਰਾ ਉਸ ਉੱਤੇ ਸ਼ਤੀਰ ਫਿਰ ਵੀ ਰੱਖ ਸਕਦਾ ਸੀ ਉਸਨੂੰ ਡਰ ਸੀ ਕਿ ਇਸ ਮਾਮਲੇ ਉੱਤੇ ਉਹਨਾਂ ਵਿਚਕਾਰ ਕਿਤੇ ਲੜਾਈ ਨਾ ਹੋ ਜਾਵੇ ਇਸ ਕਰਕੇ ਉਹ ਉਸ ਨਾਲ ਨਰਮਾਈ ਵਰਤ ਰਿਹਾ ਸੀ ਤਾਂ ਜੋ ਉਹ ਕਿਸੇ ਤਰ੍ਹਾਂ ਸਾਂਝੀ ਕੰਦ ਬਣਾਉਣ ਲਈ ਰਜਾਮੰਦ ਹੋ ਜਾਵੇ ਅਗਲਾ ਕੁਐਸਚਨ ਸਭ ਦੂਰ ਹੋ ਜੋ ਝੁਗਾਟ ਬਚ ਰਹੇ ਵਾਨ ਬਥੇਰਾ ਇਹ ਸ਼ਬਦ ਕਪੂਰ ਸਿੰਘ ਨੇ ਕਿਸ ਨੂੰ ਅਤੇ ਕਿਉਂ ਕਹੇ ਉੱਤਰ ਇਹ ਸ਼ਬਦ ਸੰਜੀਕੰਦ ਕਹਾਣੀ ਵਿੱਚ ਕਪੂਰ ਸਿੰਘ ਨੇ ਨਮੂਨੀਏ ਨਾਲ ਬਿਮਾਰ ਪਏ ਦਰਬਾਰੇ ਨੂੰ ਉਦੋਂ ਕਹੇ ਜਦੋਂ ਉਹ ਸਾਰੇ ਗੁੱਸੇ ਗਿਲੇ ਛੱਡ ਕੇ ਉਸ ਦੇ ਘਰ ਉਸ ਦਾ ਹਾਲ ਚਾਲ ਪੁੱਛਣ ਜਾਂਦਾ ਹੈ ਤੇ ਉਹ ਦੱਸਦਾ ਹੈ ਕਿ ਉਸ ਨੂੰ ਕਮਜ਼ੋਰੀ ਬਹੁਤ ਹੈ ਕਪੂਰ ਸਿੰਘ ਨੇ ਉਸ ਨੂੰ ਹੌਸਲਾ ਦੇਣ ਲਈ ਇਹ ਸ਼ਬਦ ਕਹੇ ਅਗਲਾ ਕੁਐਸਚਨ ਕਹਾਣੀ ਦੇ ਅੰਤ ਵਿੱਚ ਕਪੂਰ ਸਿੰਘ ਆਪਣੇ ਬਿਮਾਰ ਭਰਾ ਦਰਬਾਰੇ ਨੂੰ ਕਿਸ ਤਰ੍ਹਾਂ ਹੌਸਲਾ ਦਿੰਦਾ ਹੈ ਉੱਤਰ ਕਹਾਣੀ ਦੇ ਅੰਤ ਵਿੱਚ ਕਪੂਰ ਸਿੰਘ ਨੇ ਆਪਣੇ ਬਿਮਾਰ ਭਰਾ ਦਰਬਾਰੇ ਨੂੰ ਹੌਸਲਾ ਦਿੰਦਿਆਂ 10 ਰੁਪਏ ਉਸਦੀ ਜੇਬ ਵਿੱਚ ਪਾਏ ਤੇ ਨਾਲ ਹੀ ਕਿਹਾ ਕਿ ਉਹ ਮੰਡੀ ਜਾ ਕੇ ਉੱਥੋਂ ਡਾਕਟਰ ਨੂੰ ਭੇਜੇਗਾ ਜਦੋਂ ਦਰਬਾਰੇ ਨੇ ਉਸ ਨੂੰ ਕਿਹਾ ਕਿ ਉਸਨੇ ਤਾਂ ਅਜੇ ਉਸ ਦੀ ਕਿਸਤਾਂ ਦੇ ਪੈਸੇ ਵੀ ਦੇਣੇ ਹਨ ਤਾਂ ਕਪੂਰ ਸਿੰਘ ਨੇ ਉਸ ਨੂੰ ਪੈਸਿਆਂ ਦੇ ਫਿਕਰ ਨਾ ਕਰਨ ਲਈ ਕਿਹਾ ਫਿਰ ਉਹ ਉਸ ਨੂੰ ਇਹ ਵੀ ਕਹਿੰਦਾ ਹੈ ਕਿ ਉਹ ਸਰਪੰਚ ਦੀ ਚੁੱਕਦੀਆਂ ਗੱਲਾਂ ਨੂੰ ਮਨ ਵਿੱਚ ਨਾ ਲਿਆਵੇ ਉਸ ਨੇ ਇਹ ਵੀ ਕਿਹਾ ਕਿ ਉਹ ਉਸ ਦੀਤੀ ਦੇ ਵਿਆਹ ਵਿੱਚ ਵੀ ਆਵੇਗਾ ਨੈਕਸਟ ਕੁਐਸਚਨ ਸਾਂਝੀ ਇਕੰਧ ਕਹਾਣੀ ਵਿੱਚ ਕਹਾਣੀਕਾਰ ਕੀ ਸੁਨੇਹਾ ਦੇਣਾ ਚਾਹੁੰਦਾ ਹੈ ਉੱਤਰ ਇਸ ਕਹਾਣੀ ਵਿੱਚ ਕਹਾਣੀਕਾਰ ਪਿੰਡਾਂ ਦੇ ਸਮਾਜਿਕ ਤੇ ਪਾਈਚਾਰਕ ਜੀਵਨ ਵਿੱਚ ਉੜੱਤਨ ਖੋਲਣ ਵਾਲੇ ਧੰਮਾ ਸਿੰਘ ਸਰਪੰਚ ਵਰਗੇ ਚੌਧਰੀਆਂ ਦੀ ਚੁੱਕ ਚਕਾਈ ਭਰੇ ਰੋਲ ਨੂੰ ਨੰਗਾ ਕਰਕੇ ਪਾਟਕਾਂ ਨੂੰ ਅਜਿਹੇ ਨਿੰਦਨਯੋਗ ਕਿਰਦਾਰਾਂ ਤੋਂ ਖਬਰਦਾਰ ਰਹਿਣ ਤੇ ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਝਗੜੇ ਕਰਨੇ ਛੱਡ ਕੇ ਆਪਸੀ ਪਿਆਰ ਮੁਹੱਬਤ ਨੂੰ ਕਾਇਮ ਰੱਖਣ ਦਾ ਸੁਨੇਹਾ ਦਿੰਦਾ ਹੈ ਇਸ ਤਰ੍ਹਾਂ ਬੱਚਿਓ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਪ੍ਰੇਸ਼ਨ ਉਤਰ ਚੰਗੀ ਤਰ੍ਹਾਂ ਸਮਝ ਲੱਗ ਚੁੱਕੇ ਹੋਣਗੇ ਅਗਲੀ ਵੀਡੀਓ ਵਿੱਚ ਅਸੀਂ ਇਸ ਪਾਠ ਦੇ ਵਸਤੂਨਿਸ਼ਟ ਪ੍ਰੇਸ਼ਨ ਕਰਾਂਗੇ ਧੰਨਵਾਦ